ਡਾਕਟਰ ਅਮਰ ਸਿੰਘ ਆਜ਼ਾਦ ਅਤੇ ਹੋਰ ਸਿਹਤ ਮਾਹਿਰਾਂ ਦੇ ਮੁਤਾਬਕ ਸਦਾ ਤੰਦਰੁਸਤ ਰਹਿਣ ਦੇ ਨੁਕਤੇ, ਗੁਰਬਾਣੀ ਸਿਹਤ ਖੇਤੀ ਦੀ ਗੱਲ, ਮਸਲੇ ਸਾਰੇ ਕਰੇਗੀ ਹੱਲ। ਸੰਪੂਰਨ ਖੇਤੀ, ਪੂਰਨ ਰੋਜ਼ਗਾਰ, ਜ਼ਹਿਰ ਯੁਕਤ ਤੋਂ ਜ਼ਹਿਰ ਮੁਕਤ ਵੱਲ ਇੱਕ ਸਫ਼ਰ। ਫਗਵਾੜਾ ਗੁੜ ਗਰੋਵ ਕ੍ਰੋਪਿੰਗ ਸਿਸਟਮ ਦੇ ਸਫਲ ਖੇਤੀ ਮਾਡਲ ਦੇ ਨਾਲ ਨਾਲ ਹੋਰ ਸਹਾਇਕ ਕਿੱਤਿਆਂ ਤੋਂ ਇਲਾਵਾ ਸਮਾਜਿਕ, ਆਰਥਿਕ ਅਤੇ ਰਾਜਨੀਤਿਕ ਮਸਲਿਆਂ ਨਾਲ ਸੰਬੰਧਿਤ ਜਾਣਕਾਰੀ ਚਾਹੁੰਦੇ ਹੋ ਤਾਂ ਤੁਸੀਂ ਤੁਹਾਡਾ ਆਪਣਾ ਮਨੁੱਖਤਾ ਪੱਖੀ ਯੂਟਿਊਬ ਦਰਬਾਰੇ ਖਾਲਸਾ ਚੈਨਲ ਸਬਸਕ੍ਰਾਈਬ ਕਰੋ ਅਤੇ ਸ਼ੇਅਰ ਕਰਕੇ ਪ੍ਰਚਾਰ ਵਿੱਚ ਹਿੱਸਾ ਪਾਓ। ਕਿਸਾਨ ਵੀਰੋ, ਤੁਹਾਡਾ ਬਹੁਤ ਧੰਨਵਾਦ ਹੈ ਕਿ ਤੁਸੀਂ ਆਪਣੇ ਸਮੇਂ ਚੋਂ ਸਮਾਂ ਕੱਢਦੇ ਹੋ ਤੇ ਆਪਾਂ ਵਿਚਾਰ ਚਰਚਾਵਾਂ ਕਰਦੇ ਹਾਂ ਵੱਖ ਵੱਖ ਮੁੱਦੇ ਉੱਤੇ। ਇਸ ਵਿੱਚ ਜਿਹੜੀ ਜ਼ਿਆਦਾ ਫੋਕਸ ਦਾ ਜਿਹੜਾ ਹੈਗਾ ਪੁਆਇੰਟ ਹੈ ਉਹ ਹੈਗਾ ਕਿ ਆਪਾਂ ਆਪਣੀ ਆਰਥਿਕਤਾ ਨੂੰ ਮਜ਼ਬੂਤ ਕਿੱਦਾਂ ਕਰਨਾ ਤੇ ਆਪਾਂ ਜਿਹੜਾ ਹੈਗਾ ਸਾਡਾ ਵਾਤਾਵਰਨ ਆ ਉਹਨੂੰ ਖੇਤੀ ਆਧਾਰਿਤ ਪ੍ਰਦੂਸ਼ਣ ਤੋਂ ਮੁਕਤ ਕਿੱਦਾਂ ਕਰਨਾ। ਇਸ ਤਰ੍ਹਾਂ ਜਿਹੜੀ ਸਾਡੀ ਧਰਤੀ ਮਾਤਾ ਆ ਉਹਦੀ ਉਪਜਾਊ ਸ਼ਕਤੀ ਨੂੰ ਆਪਾਂ ਕਿੱਦਾਂ ਵਧਾਉਣਾ, ਜਿਹੜਾ ਆਪਣੇ ਪਾਣੀ ਆ ਜਾਂ ਜਿਹੜੇ ਨੈਚੁਰਲ ਰਿਸੋਰਸਿਸ ਆ ਉਹਨਾਂ ਦਾ ਆਪਾਂ ਉਹਨਾਂ ਦੀ ਸੰਕੋਚਿੰਗ ਵਰਤੋਂ ਕਿੱਦਾਂ ਕਰਨੀ ਹੈ, ਇਹ ਸਾਰਾ ਕੁਛ ਕਰਦੇ ਹੋਏ ਆਪਾਂ ਜਿਹੜਾ ਭੋਜਨ ਆ ਉਹਨੂੰ ਆਪਣੇ ਭੋਜਨ ਨੂੰ ਜ਼ਹਿਰ ਮੁਕਤ ਕਿੱਦਾਂ ਕਰਨਾ। ਤੇ ਅੱਜ ਡਾਕਟਰ ਸਾਹਿਬ ਨੇ ਜਿਹੜਾ ਮੁੱਦਾ ਛੋਇਆ ਬੜਾ ਹੀ ਇੰਪੋਰਟੈਂਟ ਆ। ਤੇ ਜਿਹੜੀ ਹੈਗੀ ਆ ਜਿਸ ਵੇਲੇ ਆਪਾਂ ਗੱਲ ਕਰਦੇ ਹੈਗੇ ਆ ਮੰਡੀਕਰਨ ਦੀ, ਮੰਡੀਕਰਨ ਦੇ ਵਿੱਚ ਜਿਸ ਵੇਲੇ ਆਪਾਂ ਧਿਆਨ ਕੇਂਦਰਿਤ ਕਰਦੇ ਹਾਂ ਵੀ ਅਸਲ ਵਿੱਚ ਮੰਡੀਕਰਨ ਕਿਸ ਚੀਜ਼ ਦਾ, ਆਰਥਿਕਤਾ ਦੀ ਜਿਹੜੀ ਗੱਲ ਹੈਗੀ ਆ, ਅਸਲ ਵਿੱਚ ਜਿਹੜਾ ਹੈਗਾ ਨਾ ਆਰਥਿਕਤਾ ਦਾ ਧੁਰਾ ਉਹ ਖੇਤੀਬਾੜੀ ਹੈ। ਕਿਉਂਕਿ ਜਿਹੜਾ ਹੈਗਾ ਸਰਮਾਇਆ ਉਹ ਧਰਤੀ ਮਾਤਾ ਤੋਂ ਪੈਦਾ ਹੁੰਦਾ ਜਾਂ ਜਿਹੜਾ ਹੈਗਾ ਕਿਹੜੀ ਹੈਗੀ ਆ ਕਿਰਤ ਆ ਉਹ ਤੋਂ ਪੈਦਾ ਹੁੰਦਾ। ਤੇ ਹੁਣ ਧਰਤੀ ਮਾਤਾ ਜਿਸ ਵਕਤ ਆਪਾਂ ਸਰਮਾਏ ਦੀ ਗੱਲ ਕਰਦੇ ਹਾਂ ਪੈਦਾ ਹੋਣ ਦੀ, ਉਹ ਵੱਖ ਵੱਖ ਫਸਲਾਂ ਆਪਾਂ ਬੀਜਦੇ ਹਾਂ ਤੇ ਉਹਦਾ ਜਿਹੜਾ ਹੈਗਾ ਜੀਵਨ ਦਾ ਬੇਸ ਆਧਾਰ ਜਿਹੜਾ ਹੈਗਾ ਉਹ ਖੇਤੀਬਾੜੀ ਹੈ। ਤੇ ਇਹ ਤੋਂ ਬਿਨਾਂ ਜਿਹੜਾ ਹੈਗਾ ਜੇ ਬਕਰੀਏ ਵੀ ਸੰਸਾਰ ਅੱਗੇ ਚੱਲੂਗਾ ਨੈਵਰ ਕਦੇ ਨਹੀਂ ਹੋ ਸਕਦਾ। ਇਹ ਜੀਵਨ ਦੀ ਜਿਹੜੀ ਹੋਂਦ ਆ ਉਹ ਇਹਦੇ ਉੱਤੇ ਹੀ ਨਿਰਭਰ ਆ। ਤੇ ਮੰਡੀਕਰਨ ਉਸ ਚੀਜ਼ ਦਾ ਹੀ ਉਸ ਆਈਟਮ ਦਾ ਹੀ, ਜਿੱਦਾਂ ਆਪਾਂ ਗੱਲ ਕਰੀਏ ਜਿਹੜਾ ਸਾਡੀ ਬੇਸ ਆ, ਜਿਹੜਾ ਸਾਡਾ ਖਾਣਾ ਆ, ਜਿਹੜਾ ਸਾਡਾ ਰਿਹਾਇਸ਼ ਵਾਸਤੇ ਕੁੱਲੀ ਗੁੱਲੀ ਜੁੱਦੀ ਦੀ ਗੱਲ ਹੈਗੀ ਆ, ਉਹ ਸਾਰੀ ਜਿਹੜੀ ਹੈਗੀ ਧਰਤੀ ਮਾਤਾ ਦੇ ਗਰਭ ਚੋਂ ਨਿਕਲਣੀ। ਤੇ ਇਹਦਾ ਹੀ ਮੰਡੀਕਰਨ ਜਿਹੜਾ ਆ ਉਹ ਹੋਣਾ। ਤੇ ਮੰਡੀਕਰਨ ਦਾ ਜਿਹੜਾ ਸਿਸਟਮ ਹੈਗਾ ਉਹ ਤੁਸੀਂ ਬੜੇ ਵਧੀਆ ਲਫ਼ਜ਼ਾਂ ਦੇ ਵਿੱਚ ਬਿਆਨ ਕੀਤਾ ਕਿ ਇਸ ਤਰ੍ਹਾਂ ਦਾ ਜਿਹੜਾ ਸਿਸਟਮ ਆ ਆਲ ਦੀ ਵਰਲਡ ਓਵਰ ਕਿਤੇ ਨਹੀਂ ਹੈ। ਤੇ ਬਹੁਤ ਵਧੀਆ ਗੱਲ ਹੈਗੀ ਆ ਕਿ ਇੱਥੇ ਜਿਹੜਾ ਇਨਫਰਾਸਟਰਕਚਰ ਆ ਬਹੁਤ ਵਧੀਆ ਢੰਗ ਨਾਲ ਡਿਵੈਲਪ ਹੋਇਆ। ਤੇ ਹੁਣ ਆਪਾਂ ਨੂੰ ਜ਼ਰੂਰਤ ਹੈਗੀ ਆ ਅਨਾਜ ਦੀ ਜਿਹੜੀ ਹੈਗੀ ਆ ਮੰਡੀਕਰਨ, ਉਹ ਪੰਜਾਬ ਦਾ ਬਿਹਤਰ ਹੈਗਾ, ਹਰਿਆਣੇ ਦਾ ਬਿਹਤਰ ਆ। ਤੇ ਹੁਣ ਆਪਾਂ ਨੂੰ ਲੋੜ ਹੈਗੀ ਆ ਕਿ ਆਪਾਂ ਜਿਹੜੀਆਂ ਦੂਜੀਆਂ ਫਸਲਾਂ ਉਹਨਾਂ ਦਾ ਮੰਡੀਕਰਨ ਕਿਸ ਢੰਗ ਨਾਲ ਕੀਤਾ ਜਾਵੇ ਉਹਦੇ ਉੱਤੇ ਵੀ ਆਪਾਂ ਨੂੰ ਧਿਆਨ ਕੇਂਦਰਿਤ ਕਰਨ ਦੀ ਜ਼ਰੂਰਤ ਹੈਗੀ ਆ। ਤੇ ਮੰਡੀਕਰਨ ਵਧੀਆ ਉਸੇ ਉਪਜ ਦਾ ਹੋਊਗਾ ਜਿਹੜੀ ਉਪਜ ਕੁਆਲਿਟੀ ਪੱਖ ਤੋਂ ਵਧੀਆ। ਜਦੋਂ ਕੁਆਲਿਟੀ ਵਧੀਆ ਪੈਦਾ ਕਰਨੀ ਹੈਗੀ ਆ ਤਾਂ ਫਿਰ ਉਹਦਾ ਇੱਕ ਢੰਗ ਤਰੀਕਾ ਜਾਂ ਉਹਦਾ ਜਿਹੜਾ ਕਹਿ ਲਈਏ ਵੀ ਹੈਗਾ ਉਹਦਾ ਜਿਹੜਾ ਗੁਰਮੰਤਰ ਆ ਉਹ ਹੈ ਵੀ ਖੇਤੀ ਦਾ ਕੁਦਰਤੀਕਰਨ। ਜਿਸ ਵੇਲੇ ਕੁਦਰਤੀਕਰਨ ਹੋਏਗਾ ਤਾਂ ਉਹ ਜਿਹੜਾ ਹੈਗਾ ਜਿਹੜੀ ਉਪਜ ਆ ਉਹ ਹਰ ਪੱਖ ਤੋਂ ਬਿਹਤਰ ਹੋਊਗੀ, ਜਿਹੜਾ ਹੈਗਾ ਉਹਦੀ ਕੁਆਲਿਟੀ ਵੀ ਬੈਟਰ ਹੋਊਗੀ। ਜਿਸ ਤਰ੍ਹਾਂ ਤੁਸੀਂ ਏ ਐੱਸ ਆਰ ਦੀ ਗੱਲ ਕੀਤੀ ਹੈ ਤੇ ਏ ਐੱਸ ਆਰ ਦੀ ਜਿਹੜੀ ਹੈਗੀ ਆ ਉਹ ਕੁਆਲਿਟੀ ਵੀ ਵਧੀਆ ਆਈ ਆ ਔਰ ਕੁਆਂਟਿਟੀ ਵੀ ਵਧੀਆ ਆਈ ਆ ਤੇ ਹੋਰ ਆਉਣ ਵਾਲੇ ਸਾਲਾਂ ਵਿੱਚ ਬੜੇ ਹੀ ਇਹਦੇ ਵਿੱਚ ਸੁਧਾਰ ਹੋਣਗੇ। ਇਸੇ ਤਰ੍ਹਾਂ ਕਿ ਸਾਡੇ ਕਣਕ ਦੇ ਉੱਤੇ ਆਪਾਂ ਆਵਾਂਗੇ ਬੈੱਡ ਦੇ ਉੱਤੇ ਜਿੱਥੇ ਜੁਡੀਸ਼ੀਅਸ ਮੈਨੇਜਮੈਂਟ ਹੋਣੀ ਹੈ ਜੀਵਨ ਦੇ ਪਿੰਡਾਂ ਤੱਤਾਂ ਦੀ, ਉਹਦੇ ਵਿੱਚ ਕਣਕ ਦੀ ਜਿਹੜੀ ਕੁਆਲਿਟੀ ਆ ਉਹ ਵੀ ਦੀ ਬੈਸਟ ਹੋਊਗੀ। ਇਸੇ ਤਰ੍ਹਾਂ ਜਿਹੜੀਆਂ ਸਬਜ਼ੀਆਂ ਹੈਗੀਆਂ ਜਾਂ ਹੋਰ ਜਿੰਨੀ ਵੀ ਆਪਾਂ ਪੈਦਾਵਾਰ ਲੈਂਦੇ ਹੈਗੇ ਹਾਂ ਕੁਦਰਤੀ ਕਰਨ ਰਾਹੀਂ, ਜਿਸ ਤਰ੍ਹਾਂ ਤੁਸੀਂ ਡਾਕਟਰ ਸਾਹਿਬ ਨੇ ਗੱਲ ਵੀ ਕੀਤੀ ਸੀਗੀ ਕਿ ਜੇਕਰ ਔਰਗੈਨਿਕ ਥਰੂ
ਨੈਚੁਰਲਾਈਜੇਸ਼ਨ ਆਫ ਐਗਰੀਕਲਚਰ, ਯਾਨੀ ਕਿ ਖੇਤੀ ਦੇ ਕੁਦਰਤੀ ਕਾਰਨ ਰਾਹੀਂ ਜਿਹੜਾ ਹੈਗਾ ਜੈਵਿਕ ਭੋਜਨ, ਉਹ ਜਿਹੜਾ ਬੜਾ ਇੰਪੋਰਟੈਂਟ ਵਿਸ਼ਾ ਹੈਗਾ ਤੇ ਉਹਨੂੰ ਛੂਹਣ ਦੀ ਵੀ ਜ਼ਰੂਰਤ ਹੈਗੀ ਹੈ। ਤੇ ਜਿਸ ਵਕਤ ਆਪਾਂ ਜਿਹੜੇ ਖੇਤੀ ਦੇ ਕੁਦਰਤੀ ਕਰਨ ਉੱਤੇ ਆ ਜਾਵਾਂਗੇ ਤੇ ਨਾਲ ਦੀ ਨਾਲ ਜੰਗਲ ਦੇ ਸਿਧਾਂਤ ਨੂੰ ਲਾਗੂ ਕਰਾਂਗੇ ਤਾਂ ਫਿਰ ਇਹਦੇ ਵਿੱਚ ਕਿਤੇ ਵੀ ਕੋਈ ਗੁੰਜਾਇਸ਼ ਨਹੀਂ ਰਹਿਣੀ ਸੀ ਵੀ ਜਿਹੜਾ ਕਿਸਾਨ ਆ ਉਹ ਆਰਥਿਕ ਪੱਖ ਤੋਂ ਮਜ਼ਬੂਤ ਨਾ ਹੋਵੇ। ਉਹਦੀ ਆਰਥਿਕਤਾ ਇੰਨੇ ਵੱਡਾ ਹੁਲਾਰਾ ਉਹਨੂੰ ਮਿਲੂਗਾ ਤੇ ਲੋੜ ਹੈਗੀ ਆ ਕਿ ਆਪਾਂ ਇਸ ਪਾਸੇ ਨੂੰ ਬਹੁਤ ਹੀ ਸੁਚੱਜੇ ਢੰਗ ਨਾਲ ਕੋਈ ਪਲੈਨ ਬਣਾ ਕੇ ਆਪਾਂ ਜਿਹੜਾ ਹੈਗਾ ਪ੍ਰਚਾਰ ਕਰੀਏ। ਵੈਸੇ ਪਲੈਨ ਤਾਂ ਬਣ ਵੀ ਚੁੱਕੀ ਹੈ ਔਰ ਪ੍ਰਚਾਰ ਵਧੀਆ ਢੰਗ ਨਾਲ ਹੋ ਵੀ ਰਿਹਾ ਤੇ ਆਪਾਂ ਨੂੰ ਤੇਰੇ ਪਾਸੇ ਨੂੰ ਹੋਰ ਹੁਨਰਾਂ ਮਾਰਨ ਦੀ ਜ਼ਰੂਰਤ ਹੈਗੀ ਹੈ। ਸਾਡੇ ਨਾਲ ਬਹੁਤ ਵਧੀਆ ਸ਼ਖਸੀਅਤਾਂ ਜੁੜੀਆਂ ਹੋਈਆਂ ਜਿੱਦਾਂ ਸਰਦਾਰ ਜਿੰਦਰ ਸਿੰਘ ਜੋ ਹੋਣੀ, ਬੜਾ ਧੰਨਵਾਦ ਇਹਨਾਂ ਦਾ ਕਿ ਇਹ ਹਰ ਰੋਜ਼ ਖੇਤੀ ਸਤਸੰਗ ਦੇ ਵਿੱਚ ਟਾਈਮ ਕੱਢ ਕੇ ਜੁੜਦੇ ਆ। ਇਸ ਤਰ੍ਹਾਂ ਹੋਰ ਵੀ ਇੰਨੇ ਕਿਸਾਨ ਵੀ ਜੁੜੇ ਹੋਏ ਨੇ, ਬਹੁਤ ਹੀ ਸਮਝਦਾਰ ਔਰ ਬੜੇ ਹੀ ਜਾਣੀ ਸਹਿਯੋਗ ਅਗਵਾਈ ਦੇਣ ਵਾਲੇ ਇਨਸਾਨ ਨੇ ਸਾਰੇ ਇਹਦੇ ਵਿੱਚ। ਤੇ ਆਪਾਂ ਸਾਰੇ ਰਲ ਕੇ ਇਸ ਪਾਸੇ ਨੂੰ ਆਪਾਂ ਹੋਰ ਜਾਣੀ ਕਿ ਜਿਹੜੇ ਹੈਗੀ ਆ ਇਹਦੇ ਵਿੱਚ ਹੋਰ ਹੰਭਲਾ ਮਾਰੀਏ, ਬੜੇ ਜ਼ੋਰਾਂ ਸ਼ੋਰਾਂ ਦੇ ਨਾਲ ਇਹਦੇ ਵਿੱਚ ਕੰਮ ਕਰੀਏ। ਤੇ ਜਦੋਂ ਆਪਾਂ ਗੱਲ ਕਰਦੇ ਹੈਗੇ ਆ ਖੇਤੀ ਦੇ ਕੁਦਰਤੀ ਕਰਨ ਦੀ, ਤੇ ਅੱਜ ਕੱਲ੍ਹ ਜਿਹੜਾ ਸਮਾਂ ਆ ਉਹਦਾ ਬਿਹਤਰ ਸਮਾਂ ਹੈਗਾ ਬਿਜਾਈ ਦਾ, ਕਣਕ ਆਪਣਾ ਪਿਆਜ਼ ਇਸ ਤਰ੍ਹਾਂ ਹੈਗੇ ਆ, ਮਟਰ ਇੱਦਾਂ ਹੀ, ਮਸਰ ਇੱਦਾਂ ਬਹੁਤ ਸਾਰੀਆਂ ਫਸਲਾਂ ਹੈਗੀਆਂ ਜਿਹਨਾਂ ਦੀ ਆਪਾਂ ਕਾਸ਼ਤਕਾਰੀ ਕਰ ਸਕਦੇ ਹਾਂ। ਤੇ ਉਹਦੀ ਜਿਹੜੀ ਕਾਸ਼ਤਕਾਰੀ ਦਾ ਆਪਾਂ ਕੱਲ੍ਹ ਵੀ ਗੱਲਬਾਤ ਕਰ ਰਹੀ ਸੀਗੀ ਵੀ ਕਿਸ ਢੰਗ ਨਾਲ ਇਹਦੀ ਕਾਸ਼ਤਕਾਰੀ ਕਰਨੀ ਹੈ, ਉਹ ਹੈਗੀ ਆ ਤਿਆਰੀ ਏਕ ਫਸਲ ਅਨੇਕ। ਪਹਿਲਾਂ ਆਪਾਂ ਆਪਣੇ ਖੇਤ ਦੇ ਵਿੱਚ ਔਰਗੈਨਿਕ ਮੈਟਰ ਜਾਂ ਮੱਲੜ ਉਹਦੀ ਪੂਰਤੀ ਕਰਨੀ ਆ, ਉਹ ਤੋਂ ਬਾਅਦ ਫਿਰ ਆਪਾਂ ਬੈੱਡ ਤਿਆਰ ਕਰਨੇ ਆ, ਬੈੱਡ ਤਿਆਰ ਕਰਨ ਤੋਂ ਬਾਅਦ ਆਪਾਂ ਜਿਹੜਾ ਪਾਣੀ ਆ ਉਹ ਹਮੇਸ਼ਾ ਨੀਵੇਂ ਥਾਂ ਰੱਖਣਾ, ਤੇ ਜਿਹੜੀ ਪਲੇਸਮੈਂਟ ਆਫ ਦੀ ਸੀਡ ਹੈਗੀ ਆ ਜਿਹੜੀ ਆਪਾਂ ਫਸਲ ਕੋਈ ਬੀਜਣੀ ਹੈਗੀ ਆ ਬੀਜ ਰਾਹੀਂ ਬੀਜਣੀ ਆ, ਕਿਉਂ ਕੁਦਰਤੀ ਕਰਨ ਜਿਹੜਾ ਹੈਗਾ ਉਹ ਜਿਹੜਾ ਬੀਜ ਤੋਂ ਜਿਸਲੇ ਕਰਾਂਗੇ ਤਾਂ ਹੀ ਕੁਦਰਤੀ ਕਰਨ ਹੋਊਗਾ। ਉਹਦੀ ਪਲੇਸਮੈਂਟ ਆਫ ਦੀ ਸੀਡ ਜਿਹੜੀ ਹੈਗੀ ਆ ਉਹ ਹਮੇਸ਼ਾ ਉੱਚੇ ਥਾਂ ਤੇ ਬਸੇਰਾ ਉੱਚੇ ਥਾਂ ਤੇ, ਪਾਣੀ ਨੂੰ ਪਾਣੀ ਇਸ ਸੁਭਾਅ ਦਾ ਨੀਵੇਂ ਥਾਂ ਤੇ। ਤੇ ਇਹਦੇ ਵਿੱਚ ਜੰਗਲ ਦਾ ਸਿਧਾਂਤ ਜਿਹੜਾ ਆ ਉਹ ਆਪਾਂ ਜ਼ਰੂਰ ਲਾਗੂ ਕਰਨਾ। ਜਿਸ ਵਕਤ ਜੰਗਲ ਦਾ ਸਿਧਾਂਤ ਲਾਗੂ ਕਰਾਂਗੇ ਤਾਂ ਸਾਡੇ ਕੋਈ ਇੱਕ ਆਪਸ਼ਨ ਬਚੂਗੀ ਵੀ ਇਹ ਕਿਹੜੀ ਫਸਲ ਆ ਜਿਹੜੀ ਲੌਂਗ ਡਿਊਰੇਸ਼ਨ ਹੈ ਉਹ ਸਾਡੀ ਸਿਕਿਉਰਿਟੀ ਬਣੂਗੀ, ਤੇ ਜਿਹੜੀਆਂ ਦੂਜੀਆਂ ਫਸਲਾਂ ਉਹ ਵਿੱਚੋਂ ਖਰਚੇ ਚੱਕਣਗੀਆਂ। ਤੇ ਇਸ ਢੰਗ ਦੇ ਨਾਲ ਜਿਹੜਾ ਕਿਸਾਨ ਆ ਉਹ ਬੈਂਕ ਦਾ ਜਾਊਗਾ ਉਹਦੇ ਵਾਸਤੇ ਲੋਨ ਲੈਣ ਦੇ ਲਈ ਪੈਸੇ ਜਮ੍ਹਾਂ ਕਰਾਉਣ ਲਈ। ਤੇ ਉਹ ਆਪਾਂ ਸਾਰੇ ਰਲ ਕੇ ਇਸ ਪਾਸੇ ਨੂੰ ਜ਼ੋਰ ਲਾਈਏ ਤੇ ਇਹਦੇ ਵੱਲ ਪ੍ਰੇਰਿਤ ਕਰੀਏ ਬਹੁਤ ਜਿੰਨੇ ਵੀ ਕਿਸਾਨ ਵੀ ਸਾਡੇ ਨਾਲ ਜੁੜਦੇ ਨੇ ਉਹਨਾਂ ਨੂੰ ਆਪਣੇ ਆਂਢੀਆਂ ਗੁਆਂਢੀਆਂ ਨੂੰ ਕਰੀਏ। ਤੇ ਵੈਸੇ ਤਾਂ ਇੱਦਾਂ ਹੈਗੀ ਆ ਵੀ ਜਿਹੜੇ ਹੈਗੇ ਆ ਜਿਸ ਵੇਲੇ ਜਿਹੜਾ ਕੋਈ ਜਿਹੜੀ ਤਕਨੀਕ ਹੈ ਤਕਨੀਕ ਉਹੀ ਚੱਲਦੀ ਆ ਜਿਹੜੀ ਕਿ ਸਸਤੀ ਹੋਵੇ, ਜਿਹੜੀ ਆਸਾਨ ਹੋਵੇ, ਜਿਹੜੀ ਕੁਦਰਤ ਪੱਕੀ ਹੋਵੇ, ਜਿਹੜਾ ਜ਼ਿਆਦਾ ਝਾੜ ਦੇਣ ਵਾਲੀ ਹੋਵੇ। ਤੇ ਉਸ ਪਾਸੇ ਨੂੰ ਫਿਰ ਜਿਹੜਾ ਹੈਗਾ ਜਿਹੜਾ ਆਪ ਮੁਹਾਰੇ ਜਿਹੜੇ ਕਿਸਾਨ ਆ ਜਾਂ ਕੋਈ ਵੀ ਕਹਿ ਲਈਏ ਵੀ ਕੋਈ ਵੀ ਸਿਸਟਮ ਹੈਗਾ ਉਹਦੇ ਵੱਲ ਨੂੰ ਜਿਹੜੇ ਕਿਸਾਨ ਆ ਜਾਂ ਜਿਹੜੇ ਲੋਕ ਆ ਉਹ ਉਸ ਪਾਸੇ ਨੂੰ ਆਪ ਮੁਹਾਰੇ ਤੁਰਦੇ ਆ। ਸਿਰਫ ਆਪਾਂ ਨੂੰ ਡੈਮੋ ਦੇਣ ਦੀ ਜ਼ਰੂਰਤ ਹੈਗੀ ਆ। ਜਿਸ ਵੇਲੇ ਆਪਾਂ ਡੈਮੋ ਦੇਵਾਂਗੇ ਤੇ ਲੋਕੀ ਦੇਖਣਗੇ, ਉਹਨੂੰ ਕਿਸਾਨ ਵੀਰ ਦੇਖਣਗੇ ਤਾਂ ਆਪਣੇ ਆਪ ਇਸ ਪਾਸੇ ਤੁਰਨਗੇ। ਜਿਸ ਤਰ੍ਹਾਂ ESR ਜਿਹੜੀ ਆ ਉਹ ਇਸ ਸਾਲ ਜਾਣੀ ਕਿ ਕਾਫ਼ੀ ਉਹਦੇ ਵਿੱਚ ਵਾਧਾ ਹੋਇਆ, ਅਗਲੇ ਸਾਲ ਨੂੰ ਹੋਰ ਵੀ ਬਹੁਤ ਜ਼ਿਆਦਾ ਇਹਦੇ ਵਿੱਚ ਵਾਧਾ ਹੋਊਗਾ ESR ਜਿਹੜੀ ਤਕਨੀਕ ਹੈਗੀ ਆ ਝੋਨਾ ਬਿਜਾਈ ਦੀ। ਇਸੇ ਤਰ੍ਹਾਂ ਜਿਹੜਾ ਹੈਗਾ ਕਣਕ ਆ, ਕਣਕ ਕਿਉਂਕਿ ਬੈੱਡ ਦੇ ਉੱਤੇ ਜਿਹੜੀ ਹੈਗੀ ਬਿਜਾਈ ਕਰਨ ਦੀ ਆਪਾਂ ਗੱਲ ਕਰਦੇ ਹਾਂ ਕਿ ਮਸੀਰਾ ਉੱਚੇ ਥਾਂ ਰੱਖਣਾ ਫਸਲ ਦਾ, ਤੇ ਜਿਹਨਾਂ ਜਿਹਨਾਂ ਕਿਸਾਨ ਵੀਰਾਂ ਨੇ ਬੀਜੀ ਆ ਉਹ ਇੱਥੋਂ ਆਪਣਾ ਖੁਦ ਦਾ ਤਜਰਬਾ ਹਾਸਲ ਕਰਕੇ ਤੇ ਬੜੇ ਉਤਸ਼ਾਹ ਦੇ ਨਾਲ ਅਗਲੇ ਆਉਣ ਵਾਲੇ ਸਮੇਂ ਦੇ ਵਿੱਚ ਭਵਿੱਖ ਦੇ ਵਿੱਚ ਇਸ ਪਾਸਿਆਂ ਨੂੰ ਤੁਰਨਗੇ। ਤੇ ਆਓ ਆਪਾਂ ਸਾਰੇ ਰਲ ਕੇ ਇਸ ਪਾਸੇ ਨੂੰ ਹੁਲਾਰਾ ਮਾਰੀਏ। ਹੁਣ ਮੈਂ ਸਾਰੇ ਆਪਣੇ ਜਿੰਨੇ ਵੀ ਕਿਸਾਨ ਵੀ ਜੁੜੇ ਹੋਏ ਨੇ ਉਹਨਾਂ ਨੂੰ ਇਹੀ ਰਿਕੁਐਸਟ ਬੇਨਤੀ ਕਰਦਾ ਵੀ ਜੇ ਕੋਈ ਤੁਹਾਡਾ ਤਜਰਬਾ ਤੁਸੀਂ ਸ਼ੇਅਰ ਕਰਨਾ ਜਾਂ ਕੋਈ ਤੁਹਾਡਾ ਕੁਐਸਚਨ ਹੈਗਾ ਜਾਂ ਕੋਈ ਕਿਸੇ ਕਿਸਮ ਦੀ ਕੋਈ ਮੁਸ਼ਕਿਲ ਆ ਰਹੀ ਹੈ ਪਗਵਾੜਾ ਗੁਰਦੁਆਰਾ ਕ੍ਰੋਪਿੰਗ ਸਿਸਟਮ ਨੂੰ ਲਾਗੂ ਕਰਨ ਦੇ ਵਿੱਚ, ਉਹ ਤੁਸੀਂ ਜਿਹੜੇ ਕੁਐਸਚਨ ਆ ਵਿੱਚ ਰੱਖ ਸਕਦੇ ਹੋ। ਧੰਨਵਾਦ ਜੀ।